ਇੱਕ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਆ। ਇੱਕ ਮਹਿਲਾ ਦੇ ਵੱਲੋਂ ਔਨਲਾਈਨ ਔਡਰ ਕੀਤਾ ਜਾਂਦਾ ਹੈ, ਕੁਝ ਸਮਾਨ ਹੈ ਔਨਲਾਈਨ ਮੰਗਵਾਇਆ ਜਾਂਦਾ ਹੈ, ਜਿਸ ਤੋਂ ਬਾਅਦ ਉਹ ਸਮਾਨ ਘਰ ਆਉਂਦਾ ਹੈ ਅਤੇ ਮਹਿਲਾ ਜਿਹੜੀ ਆ ਸਮਾਨ ਫੜਨ ਜਾਂਦੀ ਹੈ, ਅਤੇ ਜਦੋਂ ਮਹਿਲਾ ਨੇ ਉਹ ਸਮਾਨ ਫੜਿਆ, ਉਹ ਬੋਕਸ ਫੜਿਆ, ਤਾਂ ਉਸ ਵੇਲੇ ਮਹਿਲਾ ਹੱਕੀ ਬੱਕੀ ਰਹਿ ਗਈ ਜਦੋਂ ਉਸ ਸਮਾਨ ਦੇ ਵਿੱਚੋਂ ਇੱਕ ਸੱਪ ਨਿਕਲਦਾ ਹੈ। ਤਾਂ ਮਹਿਲਾ ਦੇ ਵੱਲੋਂ ਇੱਕਦਮ ਉਹ ਸਮਾਨ ਜਿਹੜਾ ਸਿੱਟ ਦਿੱਤਾ ਜਾਂਦਾ ਹੈ। ਵੀਡੀਓ ਦੇ ਵਿੱਚ ਤੁਸੀਂ ਸਾਫ਼ ਵੇਖ ਸਕਦੇ ਹੋ ਕਿ ਕਿਵੇਂ ਇਸ ਬੋਕਸ ਦੇ ਵਿੱਚੋਂ ਜਿਹੜਾ ਸੱਪ ਨਿਕਲਿਆ ਉਹ, ਅਤੇ ਸੱਪ ਜਿਹੜਾ ਬਾਹਰ ਆ ਰਿਹਾ ਇਸ ਬੋਕਸ ਦੇ ਵਿੱਚੋਂ। ਬੜੀ ਹੈਰਾਨ ਕਰ ਦੇਣ ਵਾਲੀ ਖਬਰ ਹੈ ਕਿ ਔਨਲਾਈਨ ਸਮਾਨ ਜਿਹੜਾ ਔਡਰ ਕੀਤਾ ਜਾਂਦਾ ਇੱਕ ਮਹਿਲਾ ਦੇ ਵੱਲੋਂ, ਜਦੋਂ ਉਸ ਮਹਿਲਾ ਦੇ ਵੱਲੋਂ ਇਸ ਸਮਾਨ ਨੂੰ ਰਿਸੀਵ ਕੀਤਾ ਜਾਂਦਾ ਹੈ ਅਤੇ ਇਸ ਬੋਕਸ ਨੂੰ ਫੜਿਆ ਜਾਂਦਾ, ਉਸ ਬੋਕਸ ਦੇ ਵਿੱਚੋਂ ਸੱਪ ਨਿਕਲਦਾ, ਜਿਸ ਨੂੰ ਦੇਖ ਕੇ ਉਹ ਬੜੀ ਹੈਰਾਨ ਹੱਕੀ ਬੱਕੀ ਰਹਿ ਜਾਂਦੀ ਆ। ਅਤੇ ਦੱਸਦੀ ਕਿ ਇਹ ਬੈਂਗਲੁਰੂ ਦੀ ਘਟਨਾ ਵਾ, ਜਿੱਥੇ ਕਿ ਇੰਜੀਨੀਅਰ ਇਹ ਤਨਵੀ ਨਾਂ ਦੀ ਮਹਿਲਾ ਹੈ, ਜਿਸ ਦੇ ਵੱਲੋਂ ਔਡਰ ਕੀਤਾ ਜਾਂਦਾ ਹੈ ਸਮਾਨ ਜਿਹੜਾ ਇਹ ਔਡਰ ਕੀਤਾ ਜਾਂਦਾ ਹੈ। ਦੱਸੀਏ ਕਿ ਐਕਸ ਬੋਕਸ ਕੰਟਰੋਲਰ ਜਿਹੜਾ ਇਹ ਔਨਲਾਈਨ ਔਡਰ ਕੀਤਾ ਗਿਆ ਸੀ, ਅਤੇ ਜਦੋਂ ਇਹ ਘਰ ਹੁੰਦਾ ਹੈ ਤਾਂ ਉਸ ਮਹਿਲਾ ਦੇ ਪੈਰਾਂ ਤੋਂ ਜ਼ਮੀਨ ਨਿਕਲ ਜਾਂਦੀ ਹੈ। ਜਦੋਂ ਇਸ ਡੱਬੇ ਦੇ ਵਿੱਚੋਂ ਸੱਪ ਨਿਕਲਦਾ ਹੈ ਤਾਂ ਮਹਿਲਾ ਬੜੀ ਹੈਰਾਨ ਹੁੰਦੀ ਹੈ, ਅਤੇ ਉਸ ਡੱਬੇ ਨੂੰ ਉਸੇ ਵੇਲੇ ਉਹ ਥੱਲੇ ਸੁੱਟ ਦਿੰਦੀ ਆ, ਅਤੇ ਇਸ ਡੱਬੇ ਦੇ ਵਿੱਚ ਸੱਪ ਜਿਹੜਾ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਾ ਹੈ। ਵੀਡੀਓ ਦੇ ਵਿੱਚ ਤੁਸੀਂ ਸਾਫ਼ ਵੇਖ ਸਕਦੇ ਹੋ ਕਿ ਕਿਵੇਂ ਇਸ ਡੱਬੇ ਦੇ ਵਿੱਚ ਸੱਪ ਜਿਹੜਾ ਹੁੰਦਾ ਹੈ ਅਤੇ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਾ ਹੈ। ਬੜੀ ਹੈਰਾਨ ਦੇਣ ਕਰ ਦੇਣ ਵਾਲੀ ਇਹ ਖਬਰ ਹੈ, ਬੈਂਗਲੁਰੂ ਤੋਂ ਇਹ ਖਬਰ ਸਾਹਮਣੇ ਆਈ, ਜਿੱਥੇ ਕਿ ਇਸ ਮਹਿਲਾ ਦੇ ਵੱਲੋਂ ਔਨਲਾਈਨ ਔਡਰ ਕੀਤਾ ਜਾਂਦਾ ਹੈ, ਜਿਸਦੇ ਵਿੱਚੋਂ ਸੱਪ ਨਿਕਲਣ ਤੋਂ ਬਾਅਦ ਮਹਿਲਾ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਜਾਂਦੀ ਹੈ, ਹੈਰਾਨ ਹੋ ਜਾਂਦੀ ਹੈ ਅਤੇ ਪਰੇਸ਼ਾਨ ਹੋ ਜਾਂਦੀ ਹੈ। ਤਸਵੀਰਾਂ ਤੁਹਾਡੇ ਸਾਹਮਣੇ ਨੇ, ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ, ਜਿਸਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿਵੇਂ ਡੱਬੇ ਦੇ ਵਿੱਚੋਂ ਸੱਪ ਜਿਹੜਾ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਜੇ ਸਮਾਨ ਹੈ ਔਨਲਾਈਨ ਮੰਗਵਾਇਆ ਜਾਂਦਾ ਹੈ, ਜਿਸ ਤੋਂ ਬਾਅਦ ਉਹ ਸਮਾਨ ਘਰ ਆਉਂਦਾ ਹੈ ਅਤੇ ਮਹਿਲਾ ਜਿਹੜੀ ਆ ਸਮਾਨ ਫੜਨ ਜਾਂਦੀ ਹੈ, ਅਤੇ ਜਦੋਂ ਮਹਿਲਾ ਨੇ ਉਹ ਸਮਾਨ ਫੜਿਆ, ਉਹ ਬੋਕਸ ਫੜਿਆ, ਤਾਂ ਉਸ ਵੇਲੇ ਮਹਿਲਾ ਹੱਕੀ ਬੱਕੀ ਰਹਿ ਗਈ ਜਦੋਂ ਉਸ ਸਮਾਨ ਦੇ ਵਿੱਚੋਂ ਇੱਕ ਸੱਪ ਨਿਕਲਦਾ ਹੈ। ਤਾਂ ਮਹਿਲਾ ਦੇ ਵੱਲੋਂ ਇੱਕਦਮ ਉਹ ਸਮਾਨ ਜਿਹੜਾ ਸਿੱਟ ਦਿੱਤਾ ਜਾਂਦਾ ਹੈ। ਵੀਡੀਓ ਦੇ ਵਿੱਚ ਤੁਸੀਂ ਸਾਫ਼ ਵੇਖ ਸਕਦੇ ਹੋ ਕਿ ਕਿਵੇਂ ਇਸ ਬੋਕਸ ਦੇ ਵਿੱਚੋਂ ਜਿਹੜਾ ਸੱਪ ਨਿਕਲਿਆ ਉਹ, ਅਤੇ ਸੱਪ ਜਿਹੜਾ ਬਾਹਰ ਆ ਰਿਹਾ ਇਸ ਬੋਕਸ ਦੇ ਵਿੱਚੋਂ। ਬੜੀ ਹੈਰਾਨ ਕਰ ਦੇਣ ਵਾਲੀ ਖਬਰ ਹੈ ਕਿ ਔਨਲਾਈਨ ਸਮਾਨ ਜਿਹੜਾ ਔਡਰ ਕੀਤਾ ਜਾਂਦਾ ਇੱਕ ਮਹਿਲਾ ਦੇ ਵੱਲੋਂ, ਜਦੋਂ ਉਸ ਮਹਿਲਾ ਦੇ ਵੱਲੋਂ ਇਸ ਸਮਾਨ ਨੂੰ ਰਿਸੀਵ ਕੀਤਾ ਜਾਂਦਾ ਹੈ ਅਤੇ ਇਸ ਬੋਕਸ ਨੂੰ ਫੜਿਆ ਜਾਂਦਾ, ਉਸ ਬੋਕਸ ਦੇ ਵਿੱਚੋਂ ਸੱਪ ਨਿਕਲਦਾ, ਜਿਸ ਨੂੰ ਦੇਖ ਕੇ ਉਹ ਬੜੀ ਹੈਰਾਨ ਹੱਕੀ ਬੱਕੀ ਰਹਿ ਜਾਂਦੀ ਆ। ਅਤੇ ਦੱਸਦੀ ਕਿ ਇਹ ਬੈਂਗਲੁਰੂ ਦੀ ਘਟਨਾ ਵਾ, ਜਿੱਥੇ ਕਿ ਇੰਜੀਨੀਅਰ ਇਹ ਤਨਵੀ ਨਾਂ ਦੀ ਮਹਿਲਾ ਹੈ, ਜਿਸਦੇ ਵੱਲੋਂ ਔਡਰ ਕੀਤਾ ਜਾਂਦਾ ਹੈ ਸਮਾਨ ਜਿਹੜਾ ਇਹ ਔਡਰ ਕੀਤਾ ਜਾਂਦਾ ਹੈ। ਦੱਸੀਏ ਕਿ ਐਕਸ ਬੋਕਸ ਕੰਟਰੋਲਰ ਜਿਹੜਾ ਇਹ ਔਨਲਾਈਨ ਔਡਰ ਕੀਤਾ ਗਿਆ ਸੀ, ਅਤੇ ਜਦੋਂ ਇਹ ਘਰ ਹੁੰਦਾ ਹੈ ਤਾਂ ਉਸ ਮਹਿਲਾ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਜਾਂਦੀ ਹੈ। ਜਦੋਂ ਇਸ ਡੱਬੇ ਦੇ ਵਿੱਚੋਂ ਸੱਪ ਨਿਕਲਦਾ ਹੈ ਅਤੇ ਮਹਿਲਾ ਬੜੀ ਹੈਰਾਨ ਹੁੰਦੀ ਹੈ, ਅਤੇ ਉਸ ਡੱਬੇ ਨੂੰ ਉਸੇ ਵੇਲੇ ਉਹ ਥੱਲੇ ਸੁੱਟ ਦਿੰਦੀ ਆ, ਅਤੇ ਇਸ ਡੱਬੇ ਦੇ ਵਿੱਚ ਸੱਪ ਜਿਹੜਾ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਾ ਹੈ। ਵੀਡੀਓ ਦੇ ਵਿੱਚ ਤੁਸੀਂ ਸਾਫ਼ ਵੇਖ ਸਕਦੇ ਹੋ ਕਿ ਕਿਵੇਂ ਇਸ ਡੱਬੇ ਦੇ ਵਿੱਚ ਸੱਪ ਜਿਹੜਾ ਹੁੰਦਾ ਹੈ ਅਤੇ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਾ ਹੈ। ਬੜੀ ਹੈਰਾਨ ਦੇਣ ਕਰ ਦੇਣ ਵਾਲੀ ਇਹ ਖਬਰ ਹੈ, ਬੈਂਗਲੁਰੂ ਤੋਂ ਇਹ ਖਬਰ ਸਾਹਮਣੇ ਆਈ, ਜਿੱਥੇ ਕਿ ਇਸ ਮਹਿਲਾ ਦੇ ਵੱਲੋਂ ਔਨਲਾਈਨ ਔਡਰ ਕੀਤਾ ਜਾਂਦਾ ਹੈ, ਜਿਸਦੇ ਵਿੱਚੋਂ ਸੱਪ ਨਿਕਲਣ ਤੋਂ ਬਾਅਦ ਮਹਿਲਾ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਜਾਂਦੀ ਹੈ, ਹੈਰਾਨ ਹੋ ਜਾਂਦੀ ਹੈ ਅਤੇ ਪਰੇਸ਼ਾਨ ਹੋ ਜਾਂਦੀ ਹੈ। ਤਸਵੀਰਾਂ ਤੁਹਾਡੇ ਸਾਹਮਣੇ ਨੇ, ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ, ਜਿਸਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿਵੇਂ ਡੱਬੇ ਦੇ ਵਿੱਚੋਂ ਸੱਪ ਜਿਹੜਾ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਦੇਸ਼ ਦੁਨੀਆ ਕੀ ਹਰ ਖਬਰ ਸਭ ਸੇ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ
ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।